ਅਸਲਾਮ ਅਲੈਕਮ ਜੀ, ਰੇਲ ਪੱਟੀ ਸਰਗੋਦੇ ਵਾਲਿਆਂ ਦੀ ਤਰਫੋਂ ਜੀ ਸਭ ਸ਼ੌਕੀਨਾਂ ਨੂੰ ਅੱਜ ਜੀ ਵੀਡੀਓ ਸਪੈਸ਼ਲ ਬਣਾਉਣ ਲੱਗਿਆਂ ਜੀ। ਕਾਫੀ ਲੋਕਾਂ ਅਤੇ ਦੋਸਤਾਂ ਦੀ ਫਰਮਾਇਸ਼ਾਂ ਅਤੇ ਕਿੱਲਾਂ ਦੇ ਰਿਲੇਟਡ, ਕਿੱਲ ਚੜਾਉਣ ਦੇ ਰਿਲੇਟਡ ਵੀ ਕਿਹੜੇ ਮੁਰਗਿਆਂ ਨੂੰ ਕਿਸ ਤਰ੍ਹਾਂ ਕਿੱਲ ਚੜਾਉਣੇ ਅਤੇ ਕਿਹੜੇ ਕਿੱਲ ਚੜਾਉਣੇ ਨੇ, ਤੁਹਾਨੂੰ ਸਾਰੀ ਅੱਜ ਇਨਫੋਰਮੇਸ਼ਨ ਦੇਵਾਂਗੇ ਜਨਾਬ ਜੀ। ਅਗਰ ਤੁਸੀਂ ਚਾਹੁੰਦੇ ਹੋ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਲੱਭਦੀ ਰਹੇ, ਤੁਸੀਂ ਬੈਲ ਆਈਕਨ ਆਨ ਕਰੋ, ਇਸ ਚੈਨਲ ਸਬਸਕ੍ਰਾਈਬ ਕਰਦੇ ਜਾਓ। ਤੁਹਾਨੂੰ ਅੱਜ ਕਿੱਲਾਂ ਦੇ ਬਾਰੇ 'ਚ ਏ ਟੂ ਜ਼ੈਡ ਜਨਾਬ ਜੀ ਤਰੀਕੇਕਾਰ ਦੱਸ ਦੇਣਾ ਵੀ ਕਿਸ ਤਰ੍ਹਾਂ ਮੁਰਗਿਆਂ ਨੂੰ ਕਿੱਲ ਚੜਾਉਣੇ ਨੇ, ਕਿਹੜੇ ਕਿੱਲ ਚੜਾਉਣੇ ਨੇ, ਕਿਹੜੇ ਸਾਈਜ਼ ਦੇ ਕਿਹੜੇ ਮੁਰਗਿਆਂ ਚੜਨੇ ਨੇ, ਕਿਹੜੀ ਲੜਾਈ ਵਾਲੇ ਨੇ, ਕਿਹੜੇ ਕਿੱਲ ਚੜਨੇ ਨੇ, ਏ ਟੂ ਜ਼ੈਡ ਜਨਾਬ ਜੀ ਇਨਫੋਰਮੇਸ਼ਨ ਦਿੰਦੇ ਜਾਵਾਂਗੇ ਅੱਜ ਸਭ ਦੋਸਤਾਂ ਨੂੰ, ਸਭ ਵੀਰਾਂ ਨੂੰ। ਨਵੇਂ ਸ਼ੌਕੀਨਾਂ ਨੂੰ ਅੱਛੀ ਜਨਾਬ ਜੀ ਇਨਫੋਰਮੇਸ਼ਨ ਲੱਭੇਗੀ ਹਰ ਕੈਟਾਗਰੀ ਦੀ। ਸ਼ੌਕੀਨ ਨਵਾਂ ਹੋਵੇ ਚਾਹੇ ਪੁਰਾਣਾ ਹੋਵੇ, ਇਹਨਾਂ ਚੀਜ਼ਾਂ ਤੋਂ ਜਨਾਬ ਜੀ ਅਗਾਹ ਆਉਣਾ ਜ਼ਰੂਰੀ ਹੈ। ਅਗਰ ਫਾਈਟਰ ਮੁਰਗਿਆਂ ਦਾ ਤੁਹਾਨੂੰ ਸ਼ੌਕ ਹੈ, ਤੁਸੀਂ ਫਾਈਟਰ ਮੁਰਗੇ ਰੱਖਦੇ ਹੋ, ਸ਼ੌਕ ਕਰਦੇ ਹੋ, ਤੁਹਾਨੂੰ ਇਹਨਾਂ ਔਜ਼ਾਰਾਂ ਤੋਂ ਜਨਾਬ ਜੀ ਅਗਾਹ ਆਉਣਾ ਬਹੁਤ ਜ਼ਰੂਰੀ ਹੈ। ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਮੁਰਗਾ ਕਿਹੜੇ ਕਿੱਲ ਮਾਰੇਗਾ, ਕਿਹੜੇ ਕਿੱਲ ਚੜਾਉਣੇ ਨੇ। ਇਹ ਚੀਜ਼ਾਂ ਚੈੱਕ ਕਰੋ, ਪਸੰਦ ਆਏ ਤਾਂ ਲਾਈਕ ਫੋਲੋ ਜ਼ਰੂਰ ਕਰਦੇ ਜਾਣਾ, ਚੈਨਲ ਸਬਸਕ੍ਰਾਈਬ ਕਰਦੇ ਜਾਣਾ। ਅੱਜ ਦੀ ਤੁਹਾਨੂੰ ਟੋਟਲ ਇਨਫੋਰਮੇਸ਼ਨ ਦੇਵਾਂਗੇ। ਮਜ਼ੀਦ ਹੈ ਜਨਾਬ ਜੀ ਰੇਲ ਪੱਟੀ ਦਾ ਸੈਟਅਪ ਚੈੱਕ ਕਰੋ, ਸਭ ਖੁੱਡਿਆਂ ਦੇ ਵਿੱਚ ਮੁਰਗੇ ਹੀ ਮੁਰਗੇ ਨੇ। ਅਤੇ ਆਹ ਤੁਹਾਨੂੰ ਸ਼ੁਰੂ ਕਰਨੇ ਆ, ਮੁਰਗੇ ਨੂੰ ਕਿੱਲ ਚੜਾਉਣੇ ਕਿਹੜੇ ਨੇ, ਕਿਸ ਤਰ੍ਹਾਂ ਚੜਾਉਣੇ ਨੇ ਤੁਹਾਨੂੰ ਦੱਸਣੇ ਆ ਜੀ। ਅੱਛਾ ਜਨਾਬ ਜੀ, ਜਿਤਨੇ ਵੀ ਸ਼ੌਕੀਨ ਭਾਈ ਨੇ ਕਿੱਲ ਕਿਸ ਤਰ੍ਹਾਂ ਦੇ ਚੜਾਉਣੇ ਨੇ ਔਰ ਕਿਵੇਂ ਚੜਾਉਣੇ ਨੇ, ਅੱਜ ਮੈਂ ਤੁਹਾਨੂੰ ਸਾਰੇ ਇਸ ਵਲੌਗ ਦੇ ਵਿੱਚ ਦੱਸਣਾ ਵੇ। ਤੁਹਾਨੂੰ ਸਭ ਤੋਂ ਪਹਿਲੇ ਕਿੱਲਾਂ ਦਾ ਤਾਰਫ ਕਰਾ ਦੇਵਾਂ ਵੀ ਕਿੱਲ ਕਿਹੜੀ ਕੈਟਾਗਰੀ ਦੇ ਹੁੰਦੇ ਨੇ। ਕਿੱਲ ਹੁੰਦੇ ਜੇ ਜਨਾਬ ਜੀ ਸਿੱਧੇ ਕਿੱਲ, ਤਲਵਾਰੀ ਕਿੱਲ ਅਤੇ ਚਾਵੇਂ ਕਿੱਲ, ਤਿੰਨ ਕੈਟਾਗਰੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ, ਸਿੱਧੇ ਕਿੱਲ, ਤਲਵਾਰੀ ਕਿੱਲ ਅਤੇ ਚਾਵੇਂ ਕਿੱਲ। ਉਹਨੂੰ ਕਿਹੜੇ ਕਿਹੜੇ ਕਿੱਲ ਨੇ ਤੁਹਾਨੂੰ ਜੋ ਵੀ ਦਿਖਾਉਂਦੇ ਆ ਜਨਾਬ, ਅਤੇ ਇਹਨਾਂ ਦੇ ਬਾਰੇ ਇਨਫੋਰਮੇਸ਼ਨ ਦਿੰਦੇ ਜਾਂਦੇ ਹਾਂ। ਤੁਹਾਨੂੰ ਅੱਛਾ ਸ਼ੌਕ ਕਰਨ ਨੂੰ ਮਿਲੇਗਾ, ਅੱਛੀ ਇਨਫੋਰਮੇਸ਼ਨ ਮਿਲੇਗੀ। ਇਹ ਜੀ ਸਭ ਤੋਂ ਪਹਿਲੇ ਆ ਜਾਓ ਜੀ ਸਿੱਧੇ ਕਿੱਲ, ਇਹ ਕੈਟਾਗਰੀ ਆ ਜਾਂਦੀ ਹੈ ਜੀ ਸਿੱਧੇ ਕਿੱਲਾਂ ਦੇ ਵਿੱਚ, ਤਕਰੀਬਨ ਇਹ ਸਿੱਧੇ ਕਿੱਲਾਂ ਦੇ ਵਿੱਚ ਆ ਜਾਂਦੀ ਕੈਟਾਗਰੀ, ਸਿੱਧੇ ਕਿੱਲਾਂ 'ਚ ਕੈਟਾਗਰੀ 'ਚ ਆ ਜਾਂਦੇ ਨੇ। ਉਸ ਤੋਂ ਬਾਅਦ ਉਹਨੇ ਤਲਵਾਰੀ ਕਿੱਲ, ਇਹ ਤਲਵਾਰੀ ਕਿੱਲ ਨੇ, ਤਲਵਾਰੀ ਕਿੱਲ ਤੋਂ ਮਕਸਦ ਤਲਵਾਰ ਔਰ ਥੋੜ੍ਹਾ ਇੱਕ ਚੀਤਾ ਹੁੰਦਾ ਕਿੱਲਾ, ਇਹ ਤਲਵਾਰ ਥੋੜ੍ਹਾ ਜਿਹਾ ਮਾਮੂਲੀ ਜਿਹਾ ਰੁੱਖ ਤਾਂ ਹੋ ਜਾਂਦਾ। ਉਸ ਤੋਂ ਬਾਅਦ ਆ ਜਾਂਦਾ ਚਾਵਾਂ ਕਿੱਲ, ਇਹ ਚਾਵਾਂ ਕਿੱਲ, ਚਾਵਾਂ ਕਿੱਲ ਥੋੜ੍ਹਾ ਜ਼ਿਆਦਾ ਰੁੱਖ ਚੀ ਜਾਂਦਾ ਵਾ ਜਿਹੜਾ ਗਲੇ ਛਿੱਲ ਵਾਸਤੇ ਇਸਤੇਮਾਲ ਹੁੰਦਾ, ਇਹ ਚਾਵਾਂ ਕਿੱਲ। ਹੁਣ ਤੁਹਾਨੂੰ ਇਹ ਦੱਸਣਾ ਹੈ ਵੀ ਕਿਹੜਾ ਕਿੱਲ ਕਿਹੜੀ ਲੜਾਈ ਵਾਲੇ ਮੁਰਗੇ ਨੂੰ ਚੜਦਾ ਵੇ। ਅਗਰ ਤੁਹਾਡਾ ਮੁਰਗਾ ਸਿਰ ਮਾਰਦਾ, ਟੀਕਾ ਮਾਰਦਾ, ਕਲਗੀ ਨੱਪਦਾ, ਅਪਰੂ ਲੜਦਾ, ਦੋਵੇਂ ਲੱਤਾਂ ਦੀ ਕੈਂਚੀ ਮਾਰਦਾ, ਕਾਫੀ ਕੈਟਾਗਰੀਆਂ ਆ ਜਾਂਦੀਆਂ ਨੇ, ਸਿਰ ਮਾਰਦਾ, ਟੀਕਾ ਮਾਰਦਾ, ਉਤਲੀ ਪੱਟੀ ਮਾਰਦਾ, ਲੱਤ ਉੱਤੇ ਵੱਟ ਕੇ ਮਾਰਦਾ, ਜਾਂ ਕਾਰੀ ਮਾਰਦਾ, ਜਾਂ ਪੰਜੀ ਰੰਗਦਾ। ਨਵੇਂ ਸ਼ੌਕੀਨਾਂ ਵਾਸਤੇ ਵੀ ਤੁਹਾਨੂੰ ਫਿਰ ਟੱਪਣੀ ਦੇ ਦੌਰਾਨ ਆਪਣੇ ਕੁੱਕਰ ਦੀਆਂ ਲੱਤਾਂ 'ਤੇ ਫੋਕਸ ਕੀਤਾ ਕਰੋ ਵੀ ਕਿਹੜੀ ਜਗ੍ਹਾ ਮਾਰਦਾ। ਅਗਰ ਤੁਹਾਡਾ ਮੁਰਗਾ ਮਾਰਦਾ ਪੰਜੀ, ਤੁਸੀਂ ਸਿੱਧਾ ਕਿੱਲ ਇਸਤੇਮਾਲ ਕਰਨਾ, ਦੋ ਕਿ ਸਿੱਧਾ ਰੰਗਦਾ ਜਾਂ ਪੰਜੀ ਉਂਗਲੀ ਮਾਰਦਾ ਸਿੱਧਾ ਕਿੱਲ। ਅਗਰ ਤੁਹਾਡਾ ਮੁਰਗਾ ਪੱਟੀ ਫੜਦਾ, ਥਲਵੀ ਇੱਥੋਂ ਗਲ ਗੁਲ ਫੜਦਾ ਜਾਂ ਸਾਡਾ ਫੜਦਾ, ਉਹ ਮਾਰਦਾ ਪੱਟੀ, ਜਾਂ ਡੁੱਕ ਉੱਤੋਂ ਜਾਂ ਮਾਮੂਲੀ ਜੀ ਉਤਲੀ ਜਗ੍ਹਾ ਰੱਖਦਾ, ਉਸ ਕੁੱਕਰ ਨੂੰ ਤੁਸੀਂ ਤਲਵਾਰੀ ਕਿੱਲ ਚੜਾਉਣਾ, ਤਲਵਾਰੀ ਕਿੱਲ ਦੂਸਰੇ ਕੈਟਾਗਰੀ ਵਾਲਾ।
ਤੀਸਰੀ ਕੈਟਾਗਰੀ ਤੁਹਾਡਾ ਮੁਰਗਾ ਅਗਰ ਗਲਾ ਮਾਰਦਾ ਜਾਂ ਗੋਡੇ ਮਾਰਦਾ ਜਾਂ ਲੱਤ ਨੂੰ ਉਤਾਂ ਚੁੱਕ ਕੇ ਮਾਰਦਾ, ਜੋੜੀ ਇੰਝ ਉਤਾਂ ਦੀ ਚਾਹ ਕੇ ਮਾਰਦਾ, ਪਕੜ ਕਰਦਾ, ਲਿਪ ਕੇ ਉਤਾਂ ਦੀ ਉੱਠਦਾ, ਉਸ ਮੁਰਗੇ ਨੂੰ ਤੁਸੀਂ ਹਮੇਸ਼ਾ ਚਾਵਾਂ ਕੰਡਾ ਦੇਣਾ ਜਿਹੜਾ ਗਲਿਆਂ ਆਉਂਦਾ। ਇਹ ਤਰੇ ਹੁੰਦੀਆਂ ਨੇ ਕੈਟਾਗਰੀਆਂ। ਇਹਦੇ ਵਿੱਚ ਅੱਗੇ ਪਚੀਦਗੀ ਆ ਜਾਂਦੀ ਹੈ, ਕਿੰਨਾ ਦਾ ਰੁੱਖ ਕਿੱਥੇ ਰੱਖਣਾ, ਚਾਹੇ ਅੰਦਰ ਰੱਖਣਾ, ਸੈਂਟਰ ਰੱਖਣਾ ਜਾਂ ਪਿੱਛੇ ਰੱਖਣਾ, ਉਹ ਵੀ ਤੁਹਾਨੂੰ ਦੱਸਣੇ ਆ ਵੀ ਉਹ ਕਿਹੜੀ ਲੜਾਈ ਦੇ ਵਾਸਤੇ ਇਸਤੇਮਾਲ ਕੀਤਾ ਜਾਂਦਾ। ਤਿੰਨ ਲੜਾਂ, ਤਿੰਨ ਰੂਮ ਹੁੰਦੇ ਨੇ ਮੁਰਗੀਆਂ ਕੋਲ ਲੜਦਾ, ਸਰ, ਕੰਨ ਅਤੇ ਗਲਾ। ਤਿੰਨ ਹੀ ਕਿੱਲਾਂ ਦੀ ਕੈਟਾਗਰੀ ਆਉਂਦੀ ਹੈ, ਸਿੱਧਾ, ਤਲਵਾਰੀ ਅਤੇ ਗਲੇ ਵਾਲਾ। ਇਹ ਤੁਸੀਂ ਹਮੇਸ਼ਾ ਯਾਦ ਰੱਖਣੀਆਂ ਗੱਲਾਂ। ਬਾਕੀ ਕੁੱਕੜਾਂ ਦੀ ਲੰਬਾਈ ਦੇ ਮੁਤਾਬਕ, ਲੱਤਾਂ ਦੇ ਛੜ ਦੇ ਮੁਤਾਬਕ, ਵਜ਼ਨਾਂ ਦੇ ਮੁਤਾਬਕ, ਕਿੱਲਾਂ ਦੇ ਸੈਜ਼ਾਂ 'ਚ ਫਰਕ ਹੋ ਜਾਂਦਾ, ਲੇਕਿਨ ਰੁੱਖ ਇਹ ਹੀ ਰਹਿੰਦੇ। ਤਿੰਨ ਹੀ ਰੁੱਖ ਹੁੰਦੇ ਨੇ, ਸਿੱਧਾ, ਤਲਵਾਰੀ ਜਾਂ ਗਲੇ ਵਾਲਾ। ਮੋਟਾ ਜਿਹਾ ਇਹ ਤੁਸੀਂ ਜ਼ਿਹਨ 'ਚ ਪਾ ਲੈਣਾ। ਕੁੱਕੜਾਂ ਦੀ ਲੜ ਵੀ ਤਿੰਨ ਰੁੱਖੀ ਹੁੰਦੀ ਹੈ, ਥੱਲੂ ਲੜਨਾ, ਗਲੇ ਤੋਂ ਥਲਵੇਂ ਥਲਵੇਂ, ਚਾਹੇ ਪੋਟਾ ਨੱਪੇ, ਗਰਦਨ ਨੱਪੇ, ਹੱਸੀਆਂ ਨੱਪੇ, ਗਲਾ ਨੱਪੇ, ਉਹ ਗਲੇ ਵਾਲੇ ਕੈਟਾਗਰੀ। ਸੈਡਾਂ ਨੱਪੇ, ਕੰਨ ਪੱਟੀ, ਥਲਵੀਂ ਪੱਟੀ, ਉਤਲੀ ਪੱਟੀ, ਉਹ ਸੈਡਾਂ। ਕਲਗੀ ਨੱਪੇ, ਮੋਹਰੇ 'ਚ ਮੋਹਰਾ ਪਾਏ, ਸਰ ਮਾਰੇ, ਸੁੱਤੂ ਨੱਪੇ, ਉਹ ਸਿਰ ਵਾਲੀ ਕੈਟਾਗਰੀ ਹੈ। ਹੁਣ ਤੁਹਾਨੂੰ ਅਸੀਂ ਮਜ਼ੀਦ ਮੁਰਗਾ ਲਿਆ ਕੇ ਉਹਦੇ ਰੁੱਖ ਸਮਝਾਉਂਦੇ ਹਾਂ, ਉਹਦੀ ਜਿਹੜੇ ਜਿਹੜੇ ਇਹਨਾਂ ਦੇ ਰੁੱਖ ਰੱਖਣੇ ਨੇ, ਉਹ ਪਚੀਦਗੀ ਜਿਹੜੀ ਤੁਹਾਨੂੰ ਉਹ ਵੀ ਕਲੀਅਰ ਦੱਸਦੇ ਹਾਂ ਜਨਾਬ ਜੀ ਵੀਡੀਓ। ਅੱਛਾ, ਹੁਣ ਇਹ ਮੁਰਗਾ ਤੁਹਾਡੇ ਸਾਹਮਣੇ, ਠੀਕ ਹੈ, ਇਹ ਸ਼ੈਕ ਦੀ ਲੱਤਾਂ ਨੇ ਜਨਾਬ ਜੀ, ਇੱਕ ਇਹਦੇ ਰੁੱਖ ਤੁਹਾਨੂੰ ਸਮਝਾਉਣੇ ਨੇ ਮੈਂ। ਇਹ ਵੇਖੋ, ਅੱਗੇ ਲੈ ਆਓ, ਇੰਜ ਮੋਬਾਇਲ ਚਾਹ ਕੇ ਜੋਮ ਨਾ ਕਰੋ। ਇਹ ਲੱਤਾਂ ਹੁੰਦੀਆਂ ਜੀ, ਮੋਬਾਇਲ ਚਾਹ ਕੇ ਲਿਆ ਨਾ। ਅੱਛਾ, ਇਹ ਮੁਰਗੇ ਦੀ ਜੀ ਲੱਤ ਹੈ ਤੁਹਾਡੇ ਸਾਹਮਣੇ। ਇਹਦੇ ਇਹ ਇੱਕ ਨੰਬਰ ਰੁੱਖ ਹੋ ਗਿਆ ਜੀ, ਸੈਂਟਰ ਦੋ ਨੰਬਰ ਰੁੱਖ ਹੋ ਗਿਆ। ਤੁਸੀਂ ਫਾਰ ਐਗਜ਼ਾਮਪਲ ਆਪਣੇ ਮਾਇੰਡ ਰੱਖਣਾ, ਇਹ ਤਿੰਨ ਨੰਬਰ ਹੋ ਗਿਆ। ਇਸ ਲੱਤ ਨੂੰ ਤਿੰਨ ਰੁੱਖਾਂ 'ਤੇ ਤੁਸੀਂ ਡਿਵਾਈਡ ਕਰ ਲੈਣਾ। ਬਾਹਰ ਪੱਟੀ ਆ ਰਹੀ ਹੈ ਬਾਹਰਲੀ ਸਾਈਡ 'ਤੇ, ਇਹਨੂੰ ਇੱਕ ਨੰਬਰ ਦੇ ਦੇਣਾ। ਇਹ ਕਿੱਲ ਨੂੰ ਬਿਲਕੁਲ, ਇਸ ਕਿੱਲ 'ਤੇ ਸੁੰਗਲ ਨੂੰ ਸਾਹਮਣੇ ਜਾ ਰਹੀ ਹੈ ਪੱਟੀ, ਇਹਨੂੰ ਦੋ ਨੰਬਰ ਰੁੱਖ ਦੇ ਦੇਣਾ। ਇਸ ਕਿੱਲ ਦੇ 'ਤੇ ਇਸ ਉਂਗਲੀ ਦੇ ਲੈਵਲ ਦੇ ਮੁਤਾਬਕ, ਦੋ ਨੰਬਰ ਉਂਗਲੀ ਮੁਤਾਬਕ, ਇਹ ਅੰਦਰ ਵਾਲੀ ਪੱਟੀ ਜਾ ਰਹੀ ਹੈ ਅੰਦਰ ਵਾਲਾ ਕੁੰਨਾ, ਇਹਨੂੰ ਤਿੰਨ ਨੰਬਰ ਰੁੱਖ ਦੇ ਦੇਣਾ। ਹੁਣ ਇਹ ਰੁੱਖ ਕਿਹੜੇ ਮੁਰਗਿਆਂ ਨੂੰ ਰੱਖਣੇ ਨੇ, ਕਿਸ ਤਰ੍ਹਾਂ ਚੜਾਉਣੇ ਨੇ, ਅਗਰ ਤੁਹਾਨੂੰ ਲੜਦੇ ਹੀ ਨਹੀਂ ਪਤਾ, ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ, ਤੁਹਾਨੂੰ ਪਤਾ ਹੀ ਨਹੀਂ ਹੈ ਵੀ ਕੁੱਕੜ ਤੁਹਾਡਾ ਕਿਹੜਾ ਕਿੱਲ ਮਾਰਦਾ, ਕਿਹੜੇ ਰੁੱਖ 'ਤੇ ਰੱਖਣੇ ਨੇ, ਤੁਹਾਨੂੰ ਇੱਕ ਆਈਡੀਆ ਨਹੀਂ ਹੈ, ਤੁਸੀਂ ਤਪਣੀ ਨਹੀਂ ਵੇਖੀ, ਉਹਦੇ ਲੱਤ ਦਾ ਅੰਦਾਜ਼ ਨਹੀਂ ਵੇਖਿਆ। ਤਕਰੀਬਨ 60-70% ਮੁਰਗਾ ਕਿੱਲ ਮਾਰੇਗਾ ਜਨਾਬ ਜੀ ਤਿੰਨ ਰੁੱਖ 'ਤੇ, ਇਸ ਰੁੱਖ 'ਤੇ। ਇਹ ਨੋਕ ਇਸ ਰੁੱਖ 'ਤੇ ਆਉਣੀ ਚਾਹੀਦੀ ਹੈ, ਉਂਗਲੀ ਨੂੰ ਬਰਾਬਰ, ਇਹ ਉਂਗਲੀ ਨੂੰ ਬਰਾਬਰ, ਇਹ ਕਿੱਲ ਤਿੰਨ ਰੁੱਖ 'ਤੇ। 60-70% ਜਿਹੜੇ ਮੁਰਗੇ ਨੇ ਸ਼ੁਰੂ ਵਿੱਚ, ਪਹਿਲੇ ਪਾਣੀ ਤੁਸੀਂ ਕਿੱਲ ਇਹ ਚੜਾਉਣੇ, ਜਿਹਨਾਂ ਬੰਦਿਆਂ ਨਵੇਂ ਸ਼ੌਕੀਨਾਂ ਵਾਸਤੇ ਨਹੀਂ ਪਤਾ, ਜਿਹੜੇ ਐਕਸਪਰਟ ਚੜਾਉਂਦੇ ਉਹਨਾਂ 'ਤੇ ਪਤਾ ਹੁੰਦਾ, ਉਹਨਾਂ ਤਪਣੀਆਂ ਵੇਖੀਆਂ ਹੁੰਦੀਆਂ, ਨਾ ਉਹਨਾਂ ਇਹ ਨੌਲੇਜ ਸਾਰਾ ਹਾਸਲ ਕੀਤਾ ਹੁੰਦਾ। ਇਹ ਇੱਥੇ ਰੁੱਖ ਆ ਰਿਹਾ ਤਿੰਨ ਨੰਬਰ ਰੁੱਖ 'ਤੇ, ਇਹ 60-70% ਮੁਰਗੇ ਇਹ ਕਿੱਲ ਮਾਰਦੇ ਜੇ। ਅੱਗੋਂ ਤੁਸੀਂ ਇਹ ਹੁਣ ਜਿਸ ਤਰ੍ਹਾਂ ਚਾਵਾਂ ਕਿੱਲੇ, ਗਲੇ ਵਾਲਾ ਕਿੱਲੇ, ਉਹ ਤੁਸੀਂ ਆਪਣੇ ਮੁਰਗੇ ਦੀ ਲੜਾਈ ਦੇ ਮੁਤਾਬਕ, ਇਹ ਚਾਵਾਂ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਜਨਾਬ ਜੀ ਇਹ ਤਲਵਾਰੀ ਕਿੱਲ ਹੋ ਗਿਆ, ਤਲਵਾਰ ਨਵਾਂ, ਇਹ ਵੇਖ ਲਓ ਲੱਤ 'ਤੇ ਰੱਖਿਆ, ਜਿਹੜਾ ਥੋੜ੍ਹਾ ਉੱਠਿਆ ਜਾਵੇ। ਫਿਰ ਸਿੱਧਾ ਕਿੱਲ ਦੀ ਵਾਰੀ, ਇਹ ਬਿਲਕੁਲ ਸਿੱਧਾ ਕਿੱਲ ਹੋ ਗਿਆ, ਜਿਹੜਾ ਥੱਲੇ ਉਂਗਲ ਵੱਲ ਜਾ ਰਿਹਾ, ਸਿੱਧਾ ਕਿੱਲ।
ਇਹ ਤੁਸੀਂ ਆਪਣੇ ਲੜਾਈ ਦੇ ਮੁਤਾਬਕ ਚੜਾਉਣੇ ਨੇ। ਹੁਣ ਤੁਹਾਨੂੰ ਮੈਂ ਸਮਝਾ ਰਿਹਾ ਵਾਂ, ਇਹਨਾਂ ਰੁੱਖ 60-70% ਤੁਸੀਂ ਜਨਾਬ ਜੀ ਕਿੱਲ ਚੜਾਉਣਾ ਵੇ, ਜਿੰਨਾ ਤੁਹਾਨੂੰ ਨਹੀਂ ਇਲਮ, ਇਹ 3 ਨੰਬਰ ਰੁੱਖ 'ਤੇ, ਅੰਦਰ ਵਾਲੇ ਰੁੱਖ 'ਤੇ। ਜਿਹੜਾ ਮੁਰਗਾ ਤੁਹਾਡਾ ਚੱਕਾਂ 'ਚ ਲੜਦਾ ਹੋਵੇ, ਚੱਕ ਮਾਰਦਾ ਹੋਵੇ, ਫਸ ਕੇ ਲੜਦਾ ਹੋਵੇ, ਚੱਕ ਪਾ ਕੇ ਸਹੀ ਲੱਤ ਕਿੱਲ ਕੇ ਮਾਰਦਾ ਹੋਵੇ, ਤੁਹਾਨੂੰ ਪਤਾ ਵੀ ਛੁੱਟਾ ਘੱਟ ਇਸਤੇਮਾਲ ਕਰਦਾ, ਜਾਂ ਕੋਈ ਦੇਰ ਲੜ ਗਿਆ ਵੇ ਉਸ ਤੋਂ ਬਾਅਦ ਇਹ ਚੀਜ਼ਾਂ ਲੰਘ ਰਿਹਾ ਹੋਵੇ ਸੈਂਟਰੇ 'ਚੋਂ ਜਾਂ ਇੱਥੋਂ ਜਾਂ ਇੱਥੋਂ, ਇਹ ਚੀਜ਼ ਸਿਰ ਵਾਲੇ ਕਿੱਲ ਵਾਸਤੇ, ਇਹ ਅਤੇ ਇਹ ਪੱਟੀ ਵਾਲੇ ਵਾਸਤੇ, ਅਤੇ ਇਹ ਚੀਜ਼ ਗੱਲੇ ਵਾਲੇ ਕਿੱਲ ਵਾਸਤੇ। ਸੈਂਟਰ ਲੰਘ ਰਿਹਾ ਹੋਵੇ, ਨਾ ਇੱਧਰ ਖੂਨ ਲੱਗ ਰਿਹਾ ਨਾ ਇੱਧਰ, ਅਤੇ ਜਾਂ ਲੱਤ ਜਿਹੜੀ ਹੈ ਬਰਾਬਰ ਰੁੱਖ ਦੀ ਮਾਰਦਾ ਹੋਵੇ, ਉਹਨੂੰ ਤੁਸਾਂ ਕਿੱਲ ਚੜਾਉਣਾ ਵੇ 2 ਨੰਬਰ ਰੁੱਖ 'ਤੇ, ਯਾਨੀ ਕਿ ਸੈਂਟਰ ਦੇ ਵਿੱਚ, ਬਿਲਕੁਲ ਸੈਂਟਰ ਦੇ ਵਿੱਚ। ਇਹ ਵੇਖ ਲਓ ਇਸ ਉਂਗਲੀ ਨੂੰ ਬਰਾਬਰ ਇੱਥੇ ਸੈਂਟਰ 'ਚ ਆ, ਇੱਥੇ ਰੱਖੋ, ਸੈਂਟਰ ਦੇ ਵਿੱਚ ਇੱਥੇ ਆ ਰਹੇ, ਇੱਥੇ ਇਸ ਉਂਗਲੀ ਨੂੰ ਬਰਾਬਰ। ਜਿਹੜਾ ਮੁਰਗਾ ਤੁਹਾਡਾ ਲੱਤਾਂ ਪਿਛਾ ਛੇਕ ਲੈਂਦਾ ਹੋਵੇ, ਇੰਝ ਕਰਕੇ ਲੱਤ ਮਾਰਦਾ ਹੋਵੇ, ਪਿਛਾ ਛੇਕ ਲੈਂਦਾ ਹੋਵੇ, ਜਾਂ ਉੱਤਾਂ ਚਾੜ ਕੇ ਥੱਲੇ ਸੱਟਦਾ ਹੋਵੇ, ਜਾਂ ਪਿੱਛ ਪੈਰਾਂ ਥੋੜ੍ਹਾ ਕੁ ਹੋਵੇ, ਲੱਤ ਤਾਂ ਨਾ ਲਿਜਾ ਰਿਹਾ ਹੋਵੇ, ਲੱਤਾਂ ਪਿਛਾ ਖਿੱਚ ਲੈਂਦਾ ਹੋਵੇ ਉਸ ਮੁਰਗੇ ਨੂੰ, ਜਾਂ ਇਹ ਬਾਹਰ ਵਾਲੀਆਂ ਚੀਜ਼ਾਂ ਰੰਗਦਾ ਹੋਵੇ, ਬਾਹਰੋਂ ਖੂਨ ਲਾਉਂਦਾ ਹੋਵੇ। ਇਹ ਤਕਰੀਬਨ 10% ਮੁਰਗੇ ਹੁੰਦੇ ਨੇ ਜਿਹੜੇ ਇਹ ਚੀਜ਼ ਮਾਰਦੇ ਨੇ, ਬੜਾ ਘੱਟ ਕਿੱਲਾਂ ਦੀ ਐਵਰੇਜ ਹੁੰਦੀ ਹੈ ਉਹਨਾਂ ਕੁੱਕੜਾਂ ਦੀ, ਔਰ ਉਹ ਅਮੂਮਨ ਸਿੱਧਾ ਕਿੱਲ ਮਾਰਦੇ ਨੇ। ਉਸ ਮੁਰਗੇ ਨੂੰ ਤੁਸੀਂ ਇਸ 1 ਨੰਬਰ ਰੁੱਖ 'ਤੇ ਕਿੱਲ ਦੇਣਾ, ਮਤਲਬ ਕਿ ਇਹ ਬਾਹਰ ਵਾਲੀ ਖਾਲੀ, ਇਹ ਵੀ ਅਮੂਮਨ ਚੱਕਾਂ ਵਾਲੇ ਕੁੱਕੜ ਹੁੰਦੇ ਨੇ, ਚੱਕ ਪਾਉਂਦੇ ਨੇ ਅਤੇ ਪਿਛਾਟਦੇ ਨੇ ਅਤੇ ਖੂਨ ਇੱਧਰ ਲਾਉਂਦੇ ਨੇ ਇਸ ਰੁੱਖ 'ਤੇ। ਇਹ 10% ਮੁਰਗੇ ਰੁੱਖ ਸਾਹਮਣੇ ਕਰੋ, ਇੱਥੇ ਇਸ ਰੁੱਖ 'ਤੇ ਮਾਰਨਗੇ 10% ਮੁਰਗੇ ਬਾਹਰ ਵਾਲੇ ਰੁੱਖ 'ਤੇ। 30-40% ਮੁਰਗੇ ਇਸ ਸੈਂਟਰੇ 'ਚੋਂ ਆ ਜਾਣਗੇ, ਅਕਸਰੀਅਤ ਜਿਹੜੀ ਉਹ ਅੱਗੇ ਆ ਜਾਏਗੀ। ਅੱਛਾ, ਇਹ ਹੋ ਗਿਆ ਰੂਮ, ਹੋ ਗਏ ਲੱਤ ਦੇ ਰੱਖਣ ਦਾ ਤਰੀਕਾਕਾਰ, ਲੱਤ 'ਤੇ ਕਿਸ ਤਰ੍ਹਾਂ ਰੱਖਣਾ ਕਿੱਲ, ਕਿਸ ਤਰ੍ਹਾਂ ਚੜਾਉਣਾ ਕਿੱਲ, ਇਹ ਤੁਹਾਨੂੰ ਇਹਦੇ ਇਹੋ ਗੱਲਾਂ ਨੇ ਜਿਹੜੀਆਂ ਤੁਹਾਨੂੰ ਕੋਈ ਬੰਦਾ ਨਹੀਂ ਦੱਸੇਗਾ, ਔਰ ਮੇਰਾ ਆਪਣਾ ਤਜਰਬਾ ਤੁਹਾਡੇ ਸਾਹਮਣੇ ਮੁਰਗੇ ਚੜਾਈ ਦੇ ਲੜਾਈ ਦਾ, ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੋਏਗੀ। ਬਾਅਦ ਔਕਾਤ ਬੰਦੇ ਜਨਾਬ ਜੀ ਬੜੀਆਂ ਬੜੀਆਂ ਗੱਲਾਂ ਕਰਦੇ, ਲੇਕਿਨ ਤੁਹਾਨੂੰ ਇਨਫੋਰਮੇਸ਼ਨ ਰਹੀਲ ਬੱਟੀ ਸਰਗੋਧੇ ਵਾਲਾ ਜਿਹੜਾ ਦੇਵੇਗਾ ਉਹਦੇ 'ਚ ਬਿਲਕੁਲ 100% ਸ਼ੋਰ ਹੋਏਗਾ, ਕੋਈ ਸ਼ੱਕੋ ਸ਼ੋਭਾ ਨਹੀਂ ਹੋਏਗਾ। ਹੁਣ ਭਾਈ ਜਾਨ ਤੁਹਾਨੂੰ ਮੇਨ ਜਿਹੜਾ ਅੱਗੇ ਮਸਲਾ ਬਣਦਾ, ਕਿੱਲ ਚੜਾਉਣਾ ਕਿਸ ਤਰ੍ਹਾਂ ਵਾ, ਰੂਮ ਤੁਹਾਨੂੰ ਪਤਾ ਚੱਲ ਗਿਆ, ਲੜਾਈ ਪਤਾ ਚੱਲ ਗਈ, ਉਸ ਜਿਹੜਾ ਛੁੜਾ ਮਾਰਦਾ ਜਾਂ ਜਿੱਦਾਂ ਨਹੀਂ ਪਤਾ ਉਹਨੂੰ ਅੰਦਰ ਰੁੱਖ ਦੇ ਦੇਣਾ, ਜਾਂ ਮੋਟੇ ਲਫਜ਼ਾਂ 'ਚ ਤਪਣੀ ਵੇਖ ਲਈ ਕਰੋ, ਅੰਦਰੋਂ ਲੰਘ ਰਿਹਾ ਤਾਂ ਅੰਦਰ ਦੇ ਦੇਣਾ, ਸੈਂਟਰ ਲੰਘ ਰਿਹਾ ਤਾਂ ਸੈਂਟਰ ਰੁੱਖ ਦੇ ਦੇਣਾ। ਜੇ ਚੰਦ ਮੁਰਗੇ ਹੁੰਦੇ ਜਿਹੜੇ ਬਾਹਰ ਵਾਲੀ ਚੀਜ਼ਾਂ ਰੰਗਦੇ ਨੇ, ਉਹਨਾਂ ਨੂੰ ਬਾਹਰ ਰੁੱਖ ਰੱਖ ਦੇਣਾ। ਹੁਣ ਤੁਹਾਨੂੰ ਰੁੱਖ ਵੀ ਦੱਸ ਛੱਡਿਆ, ਲੱਤ ਦੇ ਤਰੀਕੇਕਾਰ ਅਤੇ ਜਿਹੜੇ ਕਿੱਲ ਰੱਖਣੇ ਨੇ ਉਹ ਵੀ ਦੱਸ ਛੱਡਿਆ। ਨਵੇਂ ਬੰਦਿਆਂ ਵਾਸਤੇ ਅਕਸਰ ਮਸਲਾ ਬਣਦਾ, ਕਿੱਲ ਚੜਾਉਣਾ ਕਿਸ ਤਰ੍ਹਾਂ ਵੇ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਸਭ ਤੋਂ ਸੌਖਾ ਕੰਮ ਜੀ। ਕਿੱਲ ਚੜਾਉਣ ਵਾਸਤੇ ਤੁਹਾਡੇ ਕੋਲ ਜਨਾਬ ਜੀ ਹੋਣਾ ਚਾਹੀਦਾ ਵੇ, ਕਿੱਲ ਹੋਣੇ ਚਾਹੀਦੇ ਨੇ। ਇਹ ਇੱਕ ਚਮੜੇ ਦਾ, ਇਸ ਡਿਜ਼ਾਇਨ ਦਾ ਚਮੜਾ ਕੱਟਿਆ ਹੁੰਦਾ, ਇਹਨੂੰ ਸੁਰਾਖ ਕੀਤਾ ਹੁੰਦਾ, ਬੈਲਟ ਜਿਹਨੂੰ ਆਉਂਦੇ, ਟੇਕਾਂ ਕਹਿੰਦੇ, ਪੱਟੀਆਂ ਪੱਟੀ ਕਹਿੰਦੇ ਹੋ, ਮੁਖਤਲਫ ਨਾਵਾਂ ਤੋਂ ਇਹ ਚਮ ਹੁੰਦਾ ਵੇ, ਚਮੜਾ ਹੁੰਦਾ। ਇਹਨੂੰ ਇਸ ਤਰ੍ਹਾਂ ਪੱਟੀ ਕੱਟ ਕੇ ਬਣਾਈ ਹੁੰਦੀ ਹੈ ਜਨਾਬ, ਇਹ ਕਿੱਲ ਦੀ ਜਗ੍ਹਾ ਹੁੰਦੀ ਹੈ, ਇਹ ਕਿੱਲ ਹੁੰਦਾ। ਅਤੇ 3ਰੇ ਨੰਬਰ 'ਤੇ ਤੁਹਾਨੂੰ ਜ਼ਰੂਰਤ ਹੁੰਦੀ ਟੇਪ ਦੀ, 3 ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਇਸ ਚਮੜੇ ਕੱਟੇ ਹੋਏ ਨੂੰ ਇਹ ਕਿੱਲ ਲੈਣਾ ਇਸ ਤਰ੍ਹਾਂ ਜਨਾਬ,
ਸਿੱਧਾ ਬਰਾਬਰ ਰੱਖ ਲੈਣਾ, ਇਹ ਲੱਤ ਨੂੰ ਬਰਾਬਰ ਰੋਗਾ ਲਾਵੇ ਸਿੱਧਾ। ਇਸੇ ਤਰ੍ਹਾਂ ਜਨਾਬ ਜੀ ਅੱਛਾ ਇਹ ਬਰਾਬਰ ਆ ਗਿਆ, ਇਹ ਚਮੜਾ ਉੱਤੇ ਚੜ ਗਿਆ, ਇਹ ਟੇਪ ਹੈ। ਹੁਣ ਅਸੀਂ ਆਪ ਚੜਾਉਂਦੇ ਰਹਿੰਦੇ ਹਾਂ, ਸਾਨੂੰ ਸਰਕਾਰ ਚਾੜਨ ਵਾਸਤੇ ਦੂਜੇ ਬੰਦੇ ਦੀ ਨਾ ਵੀ ਜ਼ਰੂਰਤ ਹੋਵੇ ਤਾਂ ਅਸੀਂ ਚਾੜ ਸਕਦੇ ਹਾਂ। ਲੇਕਿਨ ਤੁਸਾਂ ਜਨਾਬ ਜੀ ਕੀ ਕਰਨਾ ਵੇ, ਇੱਕ ਨਾਲ ਦੂਸਰਾ ਬੰਦੇ ਦੀ ਹੈਲਪ ਲੈਣੀ ਹੈ, ਉਹਨੂੰ ਬਿਠਾਉਣਾ ਇਸ ਤਰ੍ਹਾਂ। ਇਹ ਮੁਰਗਾ ਵੇ, ਇਹ ਵੇਖ ਲਓ, ਇਹਨੂੰ ਫੜਨ ਦਾ ਵੀ ਤਰੀਕਾ ਹੁੰਦਾ, ਕਿਉਂਕਿ ਅਕਸਰ ਬੰਦੇ ਨਵੇਂ ਫੜਦੇ ਨੂੰ ਮੁਰਗਾ ਟੱਪਣ ਲੱਗ ਪਾਉਂਦਾ, ਪਰ ਭੰਦਾ, ਲੱਤਾਂ ਮਾਰਦਾ, ਟੱਪੇ ਵੀ ਨਾ ਆ ਜਾਓ। ਤੁਹਾਨੂੰ ਸਭ ਤੋਂ ਅੱਛਾ ਤਰੀਕਾ ਦੱਸਣੇ, ਆਸਾਨ ਤਰੀਕਾ, ਵੀ ਬੰਦੇ ਜਿਹਨੇ ਤੁਸੀਂ ਮੁਰਗਾ ਪਕੜਾਉਣਾ ਉਹਨੇ ਪਕੜਨਾ ਕਿਵੇਂ, ਔਰ ਇਹ ਤਰੀਕੇ ਦੇ ਵਿੱਚ ਮੁਰਗਾ ਤੁਹਾਡਾ ਸਕੂਨ ਦੀ ਹਾਲਤ ਵਿੱਚ ਬੈਠਾ ਰਹੇਗਾ, ਬਿਲਕੁਲ ਟਸ ਤਮਸ ਨਹੀਂ ਹੋਏਗਾ, ਤੀਸਰੇ ਬੰਦੇ ਦੀ ਜ਼ਰੂਰਤ ਵੀ ਨਹੀਂ ਪੈਗੀ, ਆ ਵੀ ਯਾਰ ਦੋ ਮਹੀਨੇ ਪੀ ਇਹ ਕਰੀ ਵੋ, ਇਹ ਮੁਰਗਾ ਖਿਲਾ ਰਿਹਾ ਤੁਸੀਂ। ਹੁਣ ਬਿਲ ਫੜ ਤੁਸੀਂ ਇਹ ਸਲਾਦ 'ਤੇ ਖੇਲ ਚੜਾਉਣਾ, ਕਈਆਂ ਦਾ ਰੁੱਖ ਪੁੱਠਾ ਵੀ ਹੁੰਦਾ ਹੱਥ ਦਾ, ਇਹ ਮੁਰਗੇ ਦੀ ਹੱਡੀ ਇਹ ਤਾਂ ਸੀਨੇ 'ਤੇ ਰੱਖਣਾ, ਇਹ ਲੱਤਾਂ ਆਜ਼ਾਦ ਨੇ, ਸੀਨੇ 'ਤੇ ਰੱਖ ਦਿੱਤਾ। ਹੁਣ ਤੁਸੀਂ ਚੜਾਉਣਾ ਵੇ ਇਹ ਸਲਾਦ 'ਤੇ ਖੇਲ, ਇਹ ਲੱਤ ਨੂੰ ਇਸ ਤਰ੍ਹਾਂ ਨੱਪ ਕੇ ਇਹ ਵਾਧਾ ਕਰ ਦਿੱਤਾ, ਇਹ ਲੱਤ ਜਨਾਬ ਜੀ ਪੂਰੀ ਬੰਦੇ ਵਾਸਤੇ ਤਿਆਰ ਹੈ ਖੇਲ ਚੜਾਉਣ ਵਾਸਤੇ। ਇਸ ਨਾਲ ਇਹ ਦੁੰਮ ਲੈ, ਸਾਰਾ ਦਿਨ ਲੈ ਕੇ ਬੈਠੇ ਰਹੋ, ਜਿਵੇਂ ਇਹ ਮਜ਼ਬੂਤੀ ਨਾਲ ਥੋੜ੍ਹਾ ਪੜਨਾ, ਇਹ ਦੁੰਮ ਦੁੰਮ ਵਾਲਾ ਬੰਦਾ ਵੀ ਕਾਬੂ ਹੋ ਗਿਆ, ਉਹ ਲੱਤ ਆਜ਼ਾਦ ਛੱਡ ਦੇਣੀ ਹੈ, ਅਤੇ ਮੁਰਗੇ ਦੀ ਹੱਡੀ ਜਨਾਬ ਸੀਨੇ 'ਤੇ ਰੱਖੀ, ਪਿੱਛੋਂ ਵੀ ਬਿਲਕੁਲ ਮੁਰਗਾ ਆਜ਼ਾਦ, ਲੱਤ ਇਹ ਨੱਪੀ ਲੈ, ਮੁਰਗੇ ਨੂੰ ਬੇਸ਼ਾ ਜਿੰਨੀ ਦੇਰ ਮਰਜ਼ੀ ਬੈਠੇ ਰਹੋ, ਜੋ ਮਰਜ਼ੀ ਟੇਪਾਂ ਵੱਲਦੇ ਰਹੋ, ਕਰਦੇ ਰਹੋ, ਮੁਰਗਾ ਹਿੱਲੇਗਾ ਨਹੀਂ। ਇਸੇ ਤਰ੍ਹਾਂ ਜਨਾਬ ਜੀ ਇਹ ਲਾਇਆ ਦੂਜਾ ਖੇਲ, ਇਹ ਰੱਖਿਆ ਪਿਆਰ ਨਾਲ, ਜਿੰਨਾ ਪੋਲਾ ਨਫਸੋ ਉਹਨਾਂ, ਇਹ ਲੱਤ ਨਾਲ ਇਹ ਹੱਥ ਨਾਲ ਇਹ ਲੱਤ ਨੱਪੀ, ਉਹਨੂੰ ਆਜ਼ਾਦ ਕਰ ਦੇਣਾ, ਐਲ ਜਿੰਨਾ ਚਿਰ ਮਰਜ਼ੀ ਨੱਪੇ ਰੱਖੋ। ਹੁਣ ਇਸੇ ਤਰ੍ਹਾਂ ਤੁਹਾਨੂੰ ਮੈਂ ਸਮਝਾ ਦਿੰਦਾ ਵਾਂ, ਮੁਰਗੇ ਦੀ ਦੋਵੇਂ ਸਾਈਡ 'ਤੇ ਹੋ ਗਈ, ਬੰਦੇ ਦੀ ਵੀ ਜ਼ਰੂਰਤ ਨਾ ਪਈ, ਮੁਰਗਾ ਵੀ ਆਰਾਮ ਨਾਲ। ਇਹ ਤਰੀਕੇਕਾਰ ਜੇ ਮੁਰਗਾ ਨੱਪਾ, ਕਈ ਬੰਦੇ ਇੰਝ ਨੱਪੇ ਹੁੰਦੇ ਨਹੀਂ ਨਹੀਂ ਕਰਕੇ, ਉਹ ਪਿੱਛੋਂ ਦਿਲ 'ਚ ਦੱਸਾ ਵੀ ਘੋਟੂ ਹੋਇਆ ਹੋਵੇ, ਕੁੱਕਰ ਟੱਪੋ ਟੱਪ ਲਾਈ ਹੋਵੇ, ਦੋਵੇਂ ਭੱਜੀ ਹੋਵੇ, ਅਤੇ ਜਿਹੜੇ ਮੁਰਗਾ ਛੱਡਣਾ ਚਾਹੁੰਦਾ ਸਾਹ ਨਾਲ ਰਲਦਾ ਹੋਵੇ, ਇੰਝ ਵੀ ਹੋ ਜਾਂਦਾ ਮੁਰਗਾ ਬਿਲਕੁਲ ਇਹ ਪੋਲਾ ਜਿਹਾ ਇੱਥੇ ਰੱਖਣਾ ਆਜ਼ਾਦ, ਪਿੱਛੋਂ ਆਜ਼ਾਦ, ਜਿਹੜੇ ਕਿੱਲ ਨੂੰ ਚੜਾਉਣਾ ਉਸ ਨੂੰ ਇਸ ਹੱਥ ਨਾਲ ਲੱਭਣਾ, ਦੋ ਮਹੀਨੇ ਥੋੜ੍ਹਾ ਜਿਹਾ ਇੱਥੇ ਰੱਖ, ਚੱਲ ਮੁਰਗਾ ਹਿਲਦਾ ਹੀ ਨਹੀਂ, ਜਿੰਨਾ ਪੋਲਾ ਪਿਆ ਹੋਏਗਾ ਹਿਲਦਾ ਹੀ ਨਹੀਂ, ਪਿੱਛੋਂ ਬਿਲਕੁਲ ਆਜ਼ਾਦ ਹੈ, ਚਿਹਰਾ ਚੈੱਕ ਕਰੋ, ਸਾਹ ਲੈਂਦਾ ਰਹੇਗਾ ਕੋਈ, ਜਿਹੜਾ ਘੁੱਟ ਘੱਟ ਲੈਂਦੇ ਨੇ ਇਸੇ ਤਰ੍ਹਾਂ ਇੱਧਰ ਰੱਖਿਆ, ਇਹ ਵੇ ਇਹ ਲਓ। ਅਗਲੇ ਨੇ ਆਖਿਆ ਵੀ ਬੰਨ ਉਸਤਾਦ ਜੀ, ਹੁਣ ਤੁਹਾਨੂੰ ਕਿੱਲ ਦਾ ਸਮਝਾਉਣ ਲੱਗੇ ਹਾਂ, ਚੜਾਉਣ ਦਾ ਤਰੀਕੇਕਾਰ। ਇਹ ਪੱਠਾ ਵੇਖ ਲਓ, ਕਿੱਲ ਵੇਖ ਲਓ, ਇਹ ਚੜਾ ਕੇ ਇਹ ਰੱਖ ਦੇਣਾ ਉੱਤੇ, ਜਿਹੜਾ ਤੁਹਾਡਾ ਮੁਰਗਾ ਬਾਹਰ ਵਾਲੀਆਂ ਸਾਈਡਾਂ ਮਰਦਾ ਹੋਏਗਾ, 10-1% ਮੁਰਗੇ ਹੋਣਗੇ, ਉਹ ਤੁਸੀਂ ਬਾਹਰ ਵਾਲੀ ਸਾਈਡ 'ਤੇ ਥੋੜ੍ਹਾ ਕਰੋ ਫੇਰ ਲੈਣਾ, ਇਸ ਜਗ੍ਹਾ 'ਤੇ ਇਸ ਉਂਗਲੀ ਦੀ ਕੁਆਰ ਕਾੜੀ, ਜਿਹੜਾ ਮੁਰਗਾ ਤੁਹਾਡਾ ਚੱਕ ਵਿੱਚ ਉੱਡਦਾ ਹੋਵੇ ਜਾਂ ਇਹ ਸੈਂਟਰ ਲੰਘਦਾ ਹੋਵੇ, ਉਹ ਤੁਸੀਂ ਇਹ ਨੋਕ ਇਸ ਉਂਗਲੀ ਦੇ ਅਤੇ ਇਹ ਸੈਂਟਰ ਲੱਤ 2 ਨੰਬਰ ਪੁਆਇੰਟ ਦੇ ਬਰਾਬਰ ਰੱਖਣੀ। ਜਿਹੜਾ ਮੁਰਗਾ ਅਕਸਰੀਅਤ 60-70% ਮੁਰਗੇ ਮਰਦੇ ਨੇ ਅੰਦਰਵਾਰ ਰੁੱਖ ਜਾਂ ਚੂੜਾ ਮਰਦਾ ਹੋਵੇ ਜਾਂ ਅੰਦਰੋਂ ਰੰਗਦਾ ਹੋਵੇ, ਇਹ ਮੁਖਤਲਿਫ ਨਿਸ਼ਾਨੀਆਂ ਤੁਹਾਨੂੰ ਦੱਸ ਰਿਹਾ, ਸਾਨੂੰ ਪਤਾ ਲੱਗ ਜਾਂਦਾ ਬੰਦੇ ਦੀ ਤਪਣੀ, ਅਸੀਂ ਤਪਣੀ ਜਿਹੜੇ ਵਹਿੰਦੇ ਹਾਂ ਨਾ, ਤਪਣੀ ਵੇਖਦੇ ਹਾਂ, ਸਾਨੂੰ ਪਤਾ ਲੱਗ ਜਾਂਦਾ ਸਾਡਾ ਮੁਰਗਾ ਲੱਤ ਇੰਜ ਦੀ ਕੱਢ ਰਿਹਾ, ਇੰਜ ਦੀ ਕੱਢ ਰਿਹਾ ਜਾਂ ਇੰਜ ਦੀ ਕੱਢ ਰਿਹਾ, ਤਪਣੀ ਵੇਖ ਕੇ ਅੰਦਾਜ਼ਾ ਲਾ ਲਈਦਾ ਵੀ ਇਸ ਮੁਰਗੇ ਨੂੰ ਕਿੱਲ ਕਿਹੜੇ ਚੜ੍ਹਦੇ ਨੇ, ਜਾਂ ਤਜਰਬਾ ਹੋ ਜਾਂਦਾ, ਇਹ ਲੱਤਾਂ ਨੂੰ ਵੇਖਿਆ ਵੀ ਤਜਰਬਾ ਹੋ ਜਾਂਦਾ, ਲੱਤਾਂ ਦੇ ਵਿੱਚ ਬੜੇ ਬੜੇ ਰਾਜ਼ ਜੇ, ਇਸ ਲੱਤਾਂ ਦੇ ਵਿੱਚ ਮੁਰਗੇ ਦੀ ਲੜਾਈ ਪਈ ਵੀ ਲੜਾਈ ਕਿਹੜੀ ਲੜੇਗਾ, ਇਹ ਵੀ ਤੁਹਾਨੂੰ ਅੱਜ ਗੱਲ ਦੱਸਾਂ।
ਤੁਸੀਂ ਤਪਣੀ ਦੇ ਦੌਰਾਨ ਅਕਸਰੀਅਤ ਰੱਖਿਆ ਕਰੋ ਵੀ ਸਾਡਾ ਮੁਰਗਾ ਹਮਲਾ ਕਿਸ ਤਰ੍ਹਾਂ ਕਰਦਾ, ਇਹ ਹਮਲਾ ਕਰਦਾ, ਇਹ ਮਰਦਾ ਜਾਂ ਉੱਤੋਂ ਮਰਦਾ। ਇਹ ਤਜਰਬਾ ਤੁਹਾਡਾ ਐਸਾ ਐਸਾ ਵੱਧ ਜਾਏਗਾ। ਲੇਕਿਨ ਉਸ ਪਹਿਲੇ ਜਨਾਬ ਜੀ ਤੁਹਾਨੂੰ ਨਹੀਂ ਅਗਰ ਸਮਝਦੇ, ਤੁਸੀਂ ਖਾਲੀ ਗੱਡੀਆਂ ਦਾ ਖੂਨ ਸ਼ੂਨ ਵੇਖ ਲਿਆ ਕਰੋ ਵੀ ਕਿਤੇ ਲਾ ਲਿਆ। ਹੁਣ ਕਿਲ ਚਲਾਉਣ ਲੱਗਿਆ ਜੀ, ਆ ਜਿਓ ਨੇੜੇ ਕਰੋ ਜੀ। ਇਹ ਮੁਰਗਾ ਤੁਹਾਡਾ ਰੱਖਿਆ ਇੰਝ ਪਿਆਰ ਨਾਲ, ਇਹ ਕਿਲ ਰੱਖਿਆ। ਕੋਸ਼ਿਸ਼ ਕਰਨੀ ਹੈ ਜਿਹੜਾ ਇਹ ਤੰਗੀ ਹੈ। ਅੱਛਾ, ਇਹ ਜਨਾਬ ਜੀ ਤੁਹਾਨੂੰ ਕਿਲ ਰੱਖਣ ਦਾ ਰੁੱਖ ਦਾ ਤਰੀਕੇ ਕਰ ਦੱਸ ਛੱਡਿਆ। ਇਸ ਤਰ੍ਹਾਂ ਤੁਸੀਂ ਆਪਣਾ ਕਿਲ ਦੇ ਥੱਲੇ ਰੂੰ ਰੱਖ ਲੈਣੀ, ਤਾਂ ਜਾਂ ਤੁਸੀਂ ਕਿਸੇ ਕੱਪੜੇ ਨਾਲ ਡੋਗ ਦੇ ਉੱਤੇ ਪੱਟੀ ਬੰਨ ਲੈਣੀ ਹੈ, ਤਾਂ ਕਿ ਤੁਹਾਡੇ ਕਿਲ ਰੱਖਣ ਵਾਸਤੇ ਜਨਾਬ ਜੀ ਇਸ ਡੋਗ ਦੇ ਉੱਤੇ ਫਿਕ ਸਹੀ ਹੋ ਜਾਵੇ ਅਤੇ ਡੋਗ ਦਾ ਨੁਕਸਾਨ ਨਾ ਹੋਵੇ। ਤੁਹਾਨੂੰ ਉਹ ਤਰੀਕਾ ਵੀ ਦੱਸਣੇ ਆ। ਇਸ ਤਰ੍ਹਾਂ ਤੁਸੀਂ ਕੱਤਰ ਲੈ ਲੈਣੀ ਹੈ ਜਾਂ ਲੀਰ ਲੈ ਲੈਣੀ ਜਾਂ ਡਾਕਟਰ ਪੱਟੀ ਲੈ ਲੈਣੀ ਹੈ, ਡੋਗ ਦੇ ਉੱਤੇ ਜਨਾਬ ਜੀ ਸੋਹਣੀ ਲਪੇਟਣੀ ਹੈ ਇਸ ਤਰ੍ਹਾਂ ਵੀ ਤੁਹਾਡੇ ਡੋਕ ਦੀ ਮਜ਼ਬੂਤੀ ਵੀ ਹੋ ਜਾਵੇ, ਨਾਲ ਤੁਹਾਡੇ ਕਿਲ ਦੀ ਫਿਟਿੰਗ ਉੱਤੇ ਸਹੀ ਹੋ ਜਾਵੇ ਨਾਲ ਤਾਕਤ ਹੈਗਾ। ਐਨ ਕਿਲ ਬਿਠਾਓਗੇ ਤਾਂ ਸੋਹਣਾ ਫਿਕਸ ਹੋ ਕੇ ਬਹਿ ਜਾਏਗਾ। ਕਿਲ ਚੜ੍ਹਾਉਣ ਲੱਗੇ ਚੀਜ਼ ਦਾ ਖਿਆਲ ਰੱਖਣਾ, ਤੁਹਾਡਾ ਕਿਲ ਜਿਹੜਾ ਵੇ ਇਹ ਐਂ ਉਤਾਂ ਦੀ ਨਾ ਉੱਠ ਜਾਵੇ, ਬਿਲਕੁਲ ਪੈਂਦੇ ਤੋਂ ਉਂਗਲੀ ਦੇ ਨਾਲ ਲਿਪ ਕੇ ਬਰਾਬਰ ਹੋਣਾ ਚਾਹੀਦਾ, ਥੱਲੋਂ ਉਤਾਂ ਦੀ ਚੀਣਾ ਚਾਹੀਦਾ, ਬਿਲਕੁਲ ਲਿਪ ਕੇ ਇਸ ਤਰ੍ਹਾਂ। ਪਟਾ, ਇਹ ਪਟਾ ਤੁਸੀਂ ਉੱਤੇ ਰੱਖਣਾ। ਐਨ ਕਿਲ ਮੈਂ ਚੜ੍ਹਾਉਣ ਲੱਗਾ, ਜਿਹੜਾ ਅਕਸਰੀਅਤ ਮੁਰਗੇ ਮਾਰਦੇ ਨੇ 60-70% ਇੱਥੇ ਰੋਕ, ਉਂਗਲੀ ਨੂੰ ਚਾਹਣਾ ਇਸ ਉਂਗਲੀ ਦੇ ਬਰਾਬਰ ਆ ਰਿਹਾ ਵੇ, ਅੰਦਰ ਵਾਰ ਰੁੱਖ ਆ ਰਿਹਾ ਵੇ, ਇਸ ਤਰ੍ਹਾਂ ਤੁਸੀਂ ਰੱਖਣਾ ਵੇ। ਫਿਰ ਜਨਾਬ ਜੀ ਇਹ ਟੇਪ ਲੈ ਲੈਣੀ ਹੈ। ਇਸ ਟੇਪ ਨੂੰ ਤੁਸੀਂ ਦੋ ਬੰਦੇ ਹੋ ਗਏ ਤਾਂ ਈਜ਼ੀ ਹੋਏਗਾ, ਇੱਕ ਬੰਦੇ ਵਾਸਤੇ ਮੁਸ਼ਕਲ ਹੋਏਗਾ। ਮੈਂ ਤੁਹਾਨੂੰ ਸਮਝਾਉਣ ਵਾਸਤੇ ਦੱਸ ਰਿਹਾ ਵਾਂ, ਮੇਰੇ ਵਾਸਤੇ ਕੋਈ ਮੁਸ਼ਕਲ ਨਿਕਲਣਾ ਵੀ। ਇਹ ਕਿਲ ਦੇ ਉੱਤੇ ਇਸ ਤਰ੍ਹਾਂ ਟੇਪ ਪਾਉਣੀ ਹੈ, ਇਹ ਜੀ ਅੱਛੀ ਤਰ੍ਹਾਂ ਮਜ਼ਬੂਤੀ ਨਾਲ ਤੁਸੀਂ ਪੱਟਾ ਪਕੜਾਉਣਾ, ਇਸ ਤਰ੍ਹਾਂ ਟੇਪ ਲੈ ਜਾਣੀ ਹੈ। ਇਹ ਟੇਪ ਦਾ ਜਨਾਬ ਜੀ ਆਰਾਮ ਨਾਲ ਖੋਲ੍ਹ ਦਿਆ ਜਾਣਾ ਅਤੇ ਇੱਕ ਉੱਤੇ ਵੱਲ ਲੈ ਜਾਣਾ, ਪਿੱਛੇ ਕਰੋ ਥੋੜ੍ਹੀ, ਇਸ ਤਰ੍ਹਾਂ ਜਨਾਬ ਜੀ ਥੱਲੇ ਵੱਲ ਲੈ ਜਾਣਾ। ਥਲਵਾਂ ਵੱਲ ਲਿਜਾਣ ਵਾਰੀ ਤੁਸੀਂ ਚੈੱਕ ਕਰਨਾ ਉਂਗਲੀ ਦੇ ਉੱਤੇ ਨਾ ਆਵੇ, ਫਿਰ ਇੱਕ ਉੱਤੇ ਵੱਲ ਲੈ ਕੇ ਕਿਲ ਹੋ ਗਿਆ ਇੱਥੇ ਮਜ਼ਬੂਤ। ਫਿਰ ਜਨਾਬ ਜੀ ਇੱਕ ਟੇਪ ਖੋਲ੍ਹ ਕੇ ਇਸੇ ਤਰ੍ਹਾਂ ਅੰਗੀ ਦੇ ਨਾਲ ਲਪੇਟਦੇ ਆ, ਤੁਸੀਂ ਇਹ ਬੈਕ ਸਾਈਡ 'ਤੇ ਲੈ ਕੇ ਚਲਿਆ ਜਾਣਾ। ਫਿਰ ਇਸੇ ਤਰ੍ਹਾਂ ਜਨਾਬ ਜੀ ਇੱਧਰੋਂ ਲਪੇਟਦੇ ਆ ਤੁਸੀਂ ਇੱਧਰ ਲੈ ਕੇ ਚਲਿਆ ਜਾਣਾ। ਇੱਕ ਦਫਾ ਫਿਰ ਲਪੇਟ ਕੇ ਤੁਸੀਂ ਅੰਦਰ ਲੈ ਜਾਓ, ਇੱਥੇ ਲੈ ਕੇ ਇਹ ਤੁਸੀਂ ਟੇਪ ਕੱਟ ਦਿਓ। ਇਹ ਤੁਹਾਡੇ ਕਿਲ ਜਨਾਬ ਜੀ ਸਹੀ ਮਜ਼ਬੂਤੀ ਦੇ ਨਾਲ ਸਹੀ ਰੁੱਖਾਂ 'ਚ ਚੜ੍ਹ ਗਿਆ। ਤੁਹਾਡਾ ਮੁਰਗਾ ਲੜਾਈ ਵਾਸਤੇ ਕਿਲਾਂ ਨੂੰ ਹੋ ਗਿਆ ਰੈਡੀ। ਇਹ ਸਭ ਤਰੀਕੇਕਾਰ ਜਨਾਬ ਜੀ ਤੁਹਾਨੂੰ ਕੋਈ ਬੰਦਾ ਨਹੀਂ ਦੱਸੇਗਾ, ਤੁਹਾਨੂੰ ਇਹ ਚੀਜ਼ ਵੇਖ ਲੈਣੀ ਤੁਸੀਂ, ਕਿਲ ਤੁਹਾਡੇ ਜਨਾਬ ਜੀ ਪਰਫੈਕਟ ਚੜ੍ਹ ਗਿਆ। ਤੁਸੀਂ ਆਪਣੇ ਮੁਰਗਿਆਂ ਨੂੰ ਜਨਾਬ ਜੀ ਫਾਈਟ ਵਾਸਤੇ ਛੱਡਣਾ, ਉਸ ਤੋਂ ਪਹਿਲਾਂ ਜਨਾਬ ਕਿਲ ਚਾੜਨ ਤੋਂ ਬਾਅਦ ਪੱਟ ਸ਼ੱਟ ਮਾਰਨਾ ਹੈ, ਉਂਗਲਾਂ ਨੂੰ ਥੋੜ੍ਹਾ ਇੱਕ ਖੋਲ੍ਹਣਾ, ਪ੍ਰੈਸ਼ ਕਰਨਾ, ਟੇਪ ਚੈੱਕ ਕਰਨੀ ਉਂਗਲਾਂ ਦੇ ਨਾਲ ਤਾਂ ਨਹੀਂ ਚਮੁੱਟੀ ਹੋਈ, ਉਂਗਲਾਂ ਨਾਲ ਸਹੀ ਛੁਡਾ ਕੇ ਟੇਪ ਨੂੰ ਇਸ ਤਰ੍ਹਾਂ, ਠੀਕ ਹੈ, ਉਂਗਲਾਂ ਦਾ ਇਸ ਤਰ੍ਹਾਂ ਐਕਸਰਸਾਈਜ਼ ਕਰਾਉਣੀ ਇੱਕ ਇੱਕ ਵਾਰੀ, ਤਾਂ ਕਿ ਉਂਗਲਾਂ ਦੇ ਵਿੱਚ ਲਚਕ ਨਾ ਆਵੇ। ਪਰ ਸ਼ਰ ਖੋਲ੍ਹਣੇ ਮੈਦਾਨ ਦੇ ਵਿੱਚ ਉਤਰਨ ਵਾਸਤੇ ਤੁਸੀਂ, ਇਹ ਤੁਹਾਡਾ ਮੁਰਗਾ ਮੈਦਾਨ ਵਿੱਚ ਉਤਰਨ ਵਾਸਤੇ ਤਿਆਰ ਹੈ। ਕੋਸ਼ਿਸ਼ ਕਰਨੀ ਤੁਸੀਂ ਮੁਰਗੇ ਆਪਣੇ ਨੂੰ ਲੱਤਾਂ 'ਤੇ ਲੱਤਾਂ ਨਹੀਂ ਮਾਰਨ ਦੇਣੀਆਂ, ਤਾਂ ਕਿ ਕਿਲ ਨਾ ਤੋੜੇ। ਇਸੇ ਤਰ੍ਹਾਂ ਰੂਟੀਨ ਵਾਈਜ਼ ਤੁਸੀਂ ਮੈਦਾਨ ਦੇ ਵਿੱਚ ਛੱਡਣਾ ਜਾਂ ਥੋੜ੍ਹੀ ਦੇਰ ਕੁਝ ਸੈਕਿੰਡ ਵਾਸਤੇ ਛੋੜਨਾ, ਤਾਂ ਕਿ ਚੱਲੇ ਫਿਰੇ ਆਪਣੇ ਲੱਤਾਂ ਦਾ ਸਟੈਮਿਨਾ ਬਣਾ ਲੈ। ਬਾਈਜਾਨ ਇਸੇ ਤਰ੍ਹਾਂ ਤੁਹਾਨੂੰ ਸਾਰੀ ਅੱਗੇ ਮੁਰਗੇ ਲੜਾਉਣ ਤੋਂ ਬਾਅਦ ਸੰਭਾਲਣਾ ਕਿਸ ਤਰ੍ਹਾਂ, ਪਾਣੀ ਹੋ ਜਾਂਦਾ ਕੀ, ਟੀਕਾ ਗੋਲੀ ਕਰਨੀ ਹੈ, ਸਾਰੀ ਇਨਫੋਰਮੇਸ਼ਨ ਨਵੇਂ ਸ਼ੁਕੀਨਾਂ ਨੂੰ ਪਹੁੰਚਾਵਾਂਗਾ।
ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਇਹਨੂੰ ਫੋਲੋ ਕਰੋ, ਇਹਨੂੰ ਸ਼ੇਅਰ ਕਰੋ ਤਾਂ ਕਿ ਤੁਹਾਡੇ ਵਾਸਤੇ ਅਗਾਹੀ ਪਹੁੰਚੇ। ਅਗਲਾ ਜਿਹੜਾ ਜਨਾਬ ਸਟੈਪ ਹੈ ਉਹ ਮੁਰਗੇ ਨੂੰ ਟ੍ਰੀਟਮੈਂਟ ਦਾ ਵੇ, ਉਹਨੂੰ ਸੰਭਾਲਣ ਦਾ ਵੇ, ਉਹਨੂੰ ਪੀਆ ਕਿਸ ਤਰ੍ਹਾਂ ਦੇਣਾ, ਕਿਹੜਾ ਟੀਕਾ ਦੇਣਾ, ਅਤੇ ਕੁੱਕੜ ਮਰਿਆ ਵੀ ਤੁਹਾਡਾ ਫਰੈਸ਼ ਹੋ ਕੇ ਉੱਡ ਜਾਂਦਾ, ਕਿਹੜੀ ਉਹਨੂੰ ਗਾਲਾ ਪਾਣੀ ਦੇਣਾ, ਤੁਹਾਡਾ ਕੁੱਕੜ ਲਾਗਰ ਹੋ ਜਾਂਦਾ ਪਾਣੀ ਦੇ ਵਿੱਚ, ਹਰ ਕੇ ਬਾਹਰ ਜਾਂਦਾ, ਦੂਜੇ ਪਾਣੀ 'ਚ ਆ ਕੇ ਉਹ ਮੁਰਗਾ ਜਿੱਤ ਜਾਂਦਾ ਔਰ ਬਹੁਤ ਅੱਛੀ ਪੁਜੀਸ਼ਨ ਫਾਈਟ ਕਰਦਾ। ਸਾਰੀਆਂ ਗੱਲਾਂ ਤੁਹਾਨੂੰ ਪਹੁੰਚਾਵਾਂਗੇ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਣਾ, ਬਾਕੀ ਮਜ਼ੀਦ ਤੁਹਾਨੂੰ ਸ਼ੌਕ ਆਪਣਾ ਸਾਰਾ ਚੈੱਕ ਕਰਾਵਾਂਗੇ ਅਤੇ ਭਰਾਵਾਂ ਨਾਲ ਜੁੜੇ ਰਹਾਂਗੇ, ਤੁਹਾਡੀ ਖਿਦਮਤ ਵਿੱਚ ਹਾਜ਼ਰ ਰਹੇਗਾ। ਰੇਲ ਬੱਟੀ ਸਰਗੋਧੇ ਵਾਲਾ ਮਸ਼ਹੂਰ ਕਰ ਲਿਓ, ਯੂਟਿਊਬ ਨੂੰ ਸਰਚ ਕਰ ਲਓ ਰੇਲ ਬੱਟੀ ਸਰਗੋਧੇ ਵਾਲੇ ਤੋਂ, ਸਰਗੋਧੇ ਵਾਲਾ ਦੇ ਨਾਂ ਤੋਂ ਜਨਾਬ ਜੀ ਚੈਨਲ ਹੈ ਅਤੇ ਸਭ ਭਾਈ ਲਾਈਕ ਫਾਲੋ ਜ਼ਰੂਰ ਕਰਾਂ ਜੀ। ਓਕੇ ਜੀ, ਅਸਲਾਮ ਵਾਲੇਕੁਮ।